ਆਪ ਮੁਹਾਰੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਿਲ ਦੇ ਵਿੱਚ ਰੋਸ ਲੈ ਕੇ ਕੋਨੇ ਕੋਨੇ ਤੋਂ ਆਪ ਮੁਹਾਰੇ ਪਹੁੰਚੇ ਹੋਏ ਪੰਜਾਬੀਓ, ਮਾਵਾਂ, ਭੈਣਾਂ, ਬਜ਼ੁਰਗ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਾਇਦ ਸਰਕਾਰਾਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ। ਜਦੋਂ ਲੋਕ ਆਪ ਮੁਹਾਰੇ ਤੁਰਦੇ ਨੇ ਉਦੋਂ ਫਿਰ ਸਰਕਾਰਾਂ ਜੋ ਮਰਜ਼ੀ ਫੰਕਸ਼ਨ ਰੱਖੀ ਜਾਣ ਇੱਧਰ ਉੱਧਰ, ਉਦੋਂ ਫਿਰ ਲੋਕ ਜਿਹੜੇ ਨੇ ਉਹ ਰੁਕਦੇ ਨਹੀਂ ਹੁੰਦੇ। ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ, 2 ਸਾਲ 3 ਸਾਲ ਹੋ ਗਏ, 3 ਖਾਲਸਾ ਜੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ। ਉਦੋਂ ਬੇਅਦਬੀ ਹੋਈ ਜਿਹੜੇ ਬਾਰ ਬਾਰ ਕਮਿਸ਼ਨ ਬਿਠਾ ਕੇ ਬਾਰ ਬਾਰ ਬੇਅਦਬੀ ਕਰ ਰਹੇ ਹੈ, ਉਹ ਕਿਸੇ ਕਚਹਿਰੀ ਚੋਂ ਇੱਥੇ ਧਰਤੀ ਦੀ ਕਚਹਿਰੀ ਤੇ ਮਾਫ ਹੋ ਸਕਦੇ ਨੇ, ਵਕੀਲ ਵੱਡੇ ਕਰਕੇ ਜਾਂ ਆਪਸ ਸਮਝੌਤੇ ਕਰਕੇ, ਪਰ ਪਰਮਾਤਮਾ ਦੀ ਕਚਹਿਰੀ ਚ ਉਹਨਾਂ ਨੂੰ ਕੋਈ ਵਕੀਲ ਮਿਲਣਾ ਨਹੀਂ। ਪਰਮਾਤਮਾ ਦੀ ਕਚਹਿਰੀ ਚ ਵਕੀਲ ਨਹੀਂ ਮਿਲਣਾ ਜੋ ਇਹ ਬੇਅਦਬੀਆਂ ਕਰਦੇ। ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ, FIR ਲੈ ਗਿਆ ਮੈਂ ਬਹਿਬਲ ਕਲਾਂ ਵਾਲੀ, ਰਾਜਨਾਥ ਸਿੰਘ ਨੂੰ ਕਿਹਾ ਤੁਸੀਂ ਹੋਮ ਮਿਨਿਸਟਰ ਹੋ, ਆ FIR ਦੇਖੋ, ਸ਼ਾਇਦ ਭਾਰਤ ਦੀ ਪਹਿਲੀ FIR ਹੈ। ਕਿਹਦੇ ਵਿਰੁੱਧ ਹੈ? ਅਣਪਛਾਤੀ ਪੁਲਿਸ। ਮੈਂ ਕਿਹਾ ਜਨਾਬ ਸਰਕਾਰ ਜੀ, ਭੀੜ ਅਣਪਛਾਤੀ ਹੋ ਸਕਦੀ ਹੈ, ਪੁਲਿਸ ਅਣਪਛਾਤੀ ਨਹੀਂ ਹੁੰਦੀ। ਇਹ ਬੇਅਦਬੀਆਂ, ਕਹਿੰਦੇ ਪਤਾ ਨਹੀਂ ਕਿੱਥੋਂ, ਕਹਿੰਦੇ ਕੋਈ ਪੁਲਿਸ ਆਈ ਗੋਲੀਆਂ ਚਲਾ ਕੇ ਚਲੀ ਗਈ। ਜਨਰਲ ਡਾਇਰ ਨੇ ਹੁਕਮ ਦਿੱਤਾ ਸੀ, ਆਪ ਗੋਲੀਆਂ ਨਹੀਂ ਚਲਾਈਆਂ ਸੀ, ਪਰ ਦੋਸ਼ੀ ਜਨਰਲ ਡਾਇਰ ਮੰਨਿਆ ਜਾਂਦਾ ਹੈ। ਆਹ ਜਿਹੜੇ ਜਨਰਲ ਡਾਇਰ ਨੇ, ਆਹ ਬਹਿਬਲ ਕਲਾਂ ਦੇ ਜਨਰਲ ਡਾਇਰ, ਆਹ ਬਰਗਾੜੀ ਦੇ ਜਨਰਲ ਡਾਇਰ ਕੌਣ ਨੇ? ਉਹਨਾਂ ਨੂੰ ਫੜ ਲਓ, ਫੜ ਲਓ ਉਹਨਾਂ ਨੂੰ। ਕੈਪਟਨ ਸਾਹਿਬ ਤੁਸੀਂ ਵੀ ਬਰਾਬਰ ਦੇ ਦੋਸ਼ੀ ਮੰਨੇ ਜਾਓਗੇ ਫਿਰ ਜੇ ਨਹੀਂ ਕਰੋਗੇ ਕਾਰਵਾਈ? ਸਾਡਾ ਫਰਜ਼ ਹੈ, ਅਸੀਂ ਆਪਦੇ ਗੁਰੂ ਨੂੰ, ਜੇ ਸਾਡੇ ਘਰੀਂ ਸਾਡਾ ਗੁਰੂ ਸੇਫ ਨਹੀਂ ਹੈਗਾ ਫਿਰ ਹੋਰ ਕਿੱਥੋਂ ਉਮੀਦ ਕਰ ਲਾਂਗੇ। ਸੋ ਮੈਂ ਬਹੁਤਾ ਟਾਈਮ ਨਹੀਂ ਲੈਣਾ, ਇਹ ਕੋਈ ਰਾਜਨੀਤਿਕ ਮੰਚ ਨਹੀਂ, ਮੈਂ ਤਾਂ ਸਿਰਫ ਇਹੀ ਕਹਿਣਾ ਚਾਹੂੰਗਾ ਚੁਣੇ ਹੋਏ ਪ੍ਰਤੀਨਿਧੀ ਤੌਰ 'ਤੇ ਜਿੱਥੇ ਵੀ ਮੌਕਾ ਮਿਲੂਗਾ ਅਸੀਂ ਲੋਕਾਂ ਦੇ ਹੱਕ 'ਚ ਖੜਾਂਗੇ, ਜਿੱਥੇ ਵੀ ਮੌਕਾ ਮਿਲੂ ਅਸੀਂ ਗੁਰੂਆਂ ਦੀ ਜਿਹੜੀ ਸਾਡੇ ਗੁਰੂਆਂ ਦੀ ਪ੍ਰੇਰਨਾ ਜਿਹੜੀ ਉਹਦੇ ਉੱਤੇ ਚੱਲਾਂਗੇ। ਇੰਨੀਆਂ ਕੁ ਮੇਰੀਆਂ ਹਾਜ਼ਰੀਆਂ ਕਬੂਲ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।